ਜੀ ਕਿੱਦਾਂ ਹਾਲ ਚਾਲ ਸਾਰਿਆਂ ਵੀਰਾਂ ਭੈਣਾਂ ਭਰਾਵਾਂ ਦਾ। ਉਮੀਦ ਕਰ ਰਿਹਾ ਜੀ ਠੀਕ ਹੋਵੋਗੇ, ਵਧੀਆ ਹੋਵੋਗੇ, ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਅੱਜ ਜਿਹੜਾ ਵੀਡੀਓ ਆਪਾਂ ਲੈ ਕੇ ਆਏ ਆ, ਸੰਦੀਪ ਨੰਗਲ ਅੰਬੀਆ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨਾਲ ਜੋ ਹੋਇਆ, ਜਿਵੇਂ ਉਹਨਾਂ ਦੀ ਹੱਤਿਆ ਕੀਤੀ ਗਈ ਹੈ, ਤੇ ਉਹਨਾਂ ਦੇ ਬੈਸਟ ਸਟਾਪ ਅੱਜ ਆਪਾਂ ਵੇਖਣੇ ਨੇ ਜੀ। 14 ਬੈਸਟ ਸਟਾਪ ਪਾਕਿਸਤਾਨ ਦੇ ਖਿਲਾਫ ਉਹਨਾਂ ਨੇ ਕੀਤੇ ਸਨ, ਵਾਹ ਜੀ ਵਾਹ, ਤੇ ਉਹ ਆਪਾਂ ਅੱਜ ਵੇਖਣ ਜਾ ਰਹੇ ਹਾਂ ਜੀ ਵੀਡੀਓ ਉਹਨਾਂ ਦਾ। ਤੇ ਚਲੋ ਪਲੇ ਕਰਦੇ ਆ ਸਭ ਤੋਂ ਪਹਿਲੇ ਉਹਨਾਂ ਦਾ ਵੀਡੀਓ, ਫਿਰ ਬਾਅਦ ਚ ਇਹਦੇ ਤੇ ਗੱਲਬਾਤ ਕਰਾਂਗੇ ਕਿ ਕਿੱਦਾਂ ਦੇ ਸਟਾਪ ਸਨ, ਕਿਉਂਕਿ ਇਹਦੇ ਵਿੱਚ ਵੇਖੋ ਸੰਦੀਪ ਨੰਗਲ ਅੰਬੀਆ ਜਿਹੜੇ ਨੇ ਉਹਨਾਂ ਦੇ ਬੈਸਟ ਸਟਾਪ ਚਿਸ਼ਤੀ ਹੀਰਾ ਜਿਹੜੇ ਪਾਕਿਸਤਾਨ ਦੇ ਮਤਲਬ ਬੈਸਟ ਰੇਡਰ ਨੇ ਉਹਨਾਂ ਦੇ ਖਿਲਾਫ ਨੇ ਵਿੱਚ ਮਤਲਬ ਟਾਈਟਲ ਤੋਂ। ਸਾਡੇ ਜਿਹੜੇ ਕਈ ਵੀਰੇ ਨੇ ਉਹ ਵੀ ਕਹਿੰਦੇ ਪਏ ਸੀ ਕਿ ਵੀਰੋ ਕੀ ਗਾਣੇ ਤੇ ਗਾਣੇ ਸੁਣੀ ਜਾਂਦੇ ਪਏ ਹੋ, ਥੋੜਾ ਕਿ ਜਿੰਨਾ ਜ਼ਰਾ ਕਬੱਡੀ ਵਾਲੇ ਪਾਸੇ ਆਓ, ਜਿਹੜਾ ਕਬੱਡੀ ਦੇ ਉਹਨੇ ਫਿਰ ਦੋ ਤਿੰਨ ਲਿੰਕ ਸੈਂਡ ਕੀਤੇ, ਉਹਨਾਂ ਨੇ ਕਿ ਇਹਦੇ ਤੇ ਲਾਜ਼ਮੀ ਰਿਐਕਸ਼ਨ ਦੇਣਾ। ਬਿਲਕੁਲ, ਸਾਨੂੰ ਜਿਹੜੇ ਲਿੰਕ ਆਏ ਨੇ ਉਹਨਾਂ ਵਿੱਚੋਂ ਆਪਾਂ ਇਹੀ ਜਿਹੜਾ ਸਿਲੈਕਟ ਕੀਤਾ ਸੰਦੀਪ ਨੰਗਲ ਅੰਬੀਆ ਦੇ 14 ਸਟਾਪ ਪਾਕਿਸਤਾਨ ਦੇ ਖਿਲਾਫ, ਤੁਹਾਨੂੰ ਵੀ ਵੇਖਣ 'ਚ ਬੜਾ ਮਜ਼ਾ ਆਏਗਾ। ਚਲੋ ਪਲੇ ਕਰੀਏ ਫਿਰ। ਬਿਲਕੁਲ ਜੀ, ਜੋ ਟਾਰਗੇਟ ਕੀ ਹਮ ਬਾਤ ਕਰ ਰਹੇ ਥੇ 10 ਟਾਪਿਕ ਕੀ, ਅਗਰ ਵੋ ਕਰ ਲੇਤੇ ਹੈ ਤੋ ਉਨਕੀ ਟੀਮ ਵਿਜੇ ਹੋਗੀ। ਔਰ ਇੱਕ ਔਰ ਲਗਾਤਾਰ ਸ਼ੀਟਿੰਗ ਉਸੇ ਤਰੀਕੇ ਸੇ ਜਿਵੇਂ ਸੰਦੀਪ ਸਿੰਘ ਵਾਂ ਪੇ ਜਬ ਪਹਿਲਾ ਮੈਚ ਸੰਦੀਪ ਕੀ ਲੈ ਜੇ ਸੀ, ਬਹੁਤ ਤਗੜਾ, ਬੜਾ ਜਿਸਮ ਸੀ, ਬੜਾ ਸੋਹਣਾ ਮੁੰਡਾ ਸੀ, ਬੜਾ ਜਵਾਨ ਯਾਰ, ਸੋਹਣਾ ਕੀ ਤੇ ਆਜ ਸ਼ਾਇਦ ਹੋ ਰਿਕਾਰਡ ਥੋੜੇ ਸੇ ਗੇਜ ਨਾ, ਕਿਉਂਕਿ 8 ਸਟਾਪਸ ਕਰ ਚੁੱਕੇ ਹੈ ਪਰ ਅਭੀ ਵੀ ਤੀਸਰਾ ਕੁਆਟਰ ਚੱਲ ਰਿਹਾ ਹੈ। ਸੇ ਸੰਦੀਪ ਨੰਗਲ ਆਪੇ ਬਿਲਕੁਲ ਸਾਹਮਣੇ ਰਹਿਮਾਨ ਇਸ਼ਤਿਆਕ ਯੂਵਾ ਖਿਡਾਰੀ ਸਿਰਫ 17 ਸਾਲ ਦੀ ਉਮਰ, 17 ਸਾਲ, ਬੜੀ ਪਕਵਤਾ ਥੋੜੀ ਸੀ ਕਮ ਹੈ ਔਰ ਉਸਕਾ ਭਰਪੂਰ ਫਾਇਦਾ ਉਠਾਣੇ ਦੀ ਕੋਸ਼ਿਸ਼ ਕਰ ਰਹੇ ਹਾਂ ਅਬੇ ਸੰਦੀਪ। ਉਹ ਸਟਾਪ ਲੈਣ ਦੇ ਕੋ ਸਕਸੈਸਫੁਲ ਸਟਾਪ ਹੋਗਾ ਗਲੈਡੀਏਟਰ ਕੇ ਲਈ। ਓ ਯਾਰ ਜੋ ਟਾਰਗੇਟ ਕੀ ਹਮ ਬਾਤ ਕਰ ਰਹੇ ਥੇ 10 ਟਾਪਿਕ ਕੀ, ਵਧੀਆ ਯਾਰ, ਬਹੁਤ ਅੱਛਾ ਸਟਾਪ, से पहले 66 मैचेस में 2 मैचेस टाई रहे हैं और उनमें से पहला देखने को मिला था यहीं पे पंजाब एग्रीकल्चरल यूनिवर्सिटी ऑफ स्टेट। क्या आज के मैच में भी ऐसा ही कुछ परिणाम होगा? रहमान इश्तियाक मुश्किल में जरूर है क्योंकि 30 सेकंड ओए टाइम हो गया, टाइम अप। बहुत आला यार, बहुत आला। करने की रिक्वेस्ट आई थी क्योंकि वो कुछ टेक्निकल खराबियां, कुछ कमियां थी उस मैच में, तो वो शायद मैच नहीं होगा क्योंकि समय नहीं है, तो उसके पॉइंट्स स्प्लिट हो जाएंगे। करने के लिए आए हैं लॉर लायंस के कप्तान चिश्ती, परखते हुए भांपते हुए दो आंखें 8 आंखों में नजर रखती हुई, क्या करेंगे, कौन आक्रमण करेगा, क्या निकल पाएंगे चिश्ती, काफी उत्तेजित या तमाम दर्शक। बड़ा प्लेयर है चिश्ती जिहड़ा ना, पर बड़ा नाम है पाकिस्तान दे विच, चिश्ती दा बड़ा नाम पाकिस्तान च, चिश्ती दे मुकाबले कोई नहीं। ਨਿਕਲ ਆਇਆ ਨਕਸ਼ ਹੋ ਨਾ,
ਮੈਨੂੰ ਲੱਗਦਾ ਉਹਨਾਂ ਦਾ ਨਾ ਫੋਨ ਨਹੀਂ ਲੱਗਦਾ ਕੋਈ ਚੀਜ਼ ਲੱਗੀ ਹੈ ਨਾ ਕਦੇ ਉਹ ਫੋਨ ਨਹੀਂ ਆਇਆ ਚੀਜ਼ ਉਹਨਾਂ ਦੇ ਬੱਚੀ ਕਿਉਂਕਿ ਜਦੋਂ ਮੈਂ ਪੈਸੇ सामने संदीप नंगलांबिया ये एक बहुत बड़े खिलाड़ी हैं इनसे बचना के लिए मुश्किलें बढ़ती टॉप लाइन दे बिल्कुल कोल जाके पटके ने बहुत सारे और टाइम अप हो गया पर पॉइंट उन्होंने मिले लेकिन खेल कई बार ऐसा ही होता है कुछ मार्जिनल डिसीजंस खेली होती तो मुकाबला कुछ और ही बन सकता था लेकिन यहाँ पे युवा खिलाड़ी हीरा भट्ट फिर से फंस जाएंगे संदीप नंगलांबिया इस मैच की समाप्ति करेंगे अपने 14वें स्टॉप के साथ चार बार वो कामयाबी अब मिली है फिर से मुश्किल नजर आती क्योंकि मात्र 6 सेकंड उनके सामने है ग्लैडिएटर पकड़ मजबूत कर लिया है और यहाँ पे मुकम्मल करने में उन्हें तकलीफ जरूर हुई है लेकिन जानते हैं कि बाकी के काफी सारे रेडर्स आज चोटिल हैं इसीलिए अपना पूरा 100% 100% दे रहे हैं मैदान में यहां पे संदीप नंगलांबिया थोड़ा सा फिसल गया स्लिप हो गया 30 सेकंड का वक्त है डोगर के लिए मुश्किलें जरूर क्योंकि सामने खड़े हैं संदीप ओए अपना जेड़ा रेडर है वो इस जाफी को संदीप जाफी सी ना बड़ा तगड़ा जाफी सी तेरे को जेड़ा रेडर ने वो डर दे होने ने कि गलती नाल हाथ इनू ना लग जाए गलती नाल इनू ना लग गया सब यार फिर नहीं सारा पॉइंट हुंदा हां ते 14 स्टॉप करना बड़ी बड़ी गल है यार बड़ी गल है ने रिकॉर्ड लाया है हदी तक मेरा ख्याल इंदा रिकॉर्ड किसी ने तोड़या भी नहीं बड़ा बड़े स्टॉप है 14 एक मैच दे विच 14
ਗੱਭਰੂ ਜਵਾਨ ਯਾਰ ਉਮਰ ਵੀ ਕਹਿੰਦੇ ਦੱਸ ਕੇ ਗਏ ਸੀ ਹੁੰਦੀ ਕਹਿੰਦੇ 22 ਸਾਲ ਪਤਾ ਨੀ ਹੁੰਦੀ ਉਮਰ ਸੀ ਬਾਕੀ ਜੀ ਕਿੱਦਾਂ ਲੱਗਾ ਤੁਹਾਨੂੰ ਅੱਜ ਦਾ ਇਹ ਵੀਡੀਓ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਮੈਡਮ ਜੀ ਕਿੱਦਾਂ ਲੱਗਾ ਪਹਿਲੇ ਨਿਕਲਣਾ ਸੀ ਬਾਕੀ ਵਧੀਆ ਜੀ ਨੈਕਸਟ ਵੀਡੀਓ ਵੇਖ ਲੈਂਦੇ ਹਾਂ ਹੁਣ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਲੱਗਾ ਤੇ ਆਪਾਂ ਅਗਲਾ ਵੀਡੀਓ ਦੇਖਦੇ ਹਾਂ।